ਵੋਲਡ ਡੈਫ ਸ਼ਤਰਨ ਚੈਂਪੀਅਨਸ਼ਿਪ ਵਿੱਚ 골ਡ ਮੈਡਲ ਜਿੱਤ ਕੇ ਭਾਰਤ ਦੀ ਪਹਿਲੀ ਧੀ ਬਣੀ ਹੈ ਜਲੰਧਰ ਦੀ ਮਲਕਾ ਹਾਂਡਾ ਪਰ ਪੰਜਾਬ ਸਰਕਾਰ ਦੇ ਲਾਰਿਆਂ ਅੱਗੇ ਜਾਂ ਵਾਧਿਆਂ ਅੱਗੇ ਹਾਰ ਚੁੱਕੀ ਹੈ ਬੀਤੇ ਦਿਨ ਹੀ ਇੱਕ ਵੀਡੀਓ ਤੁਸੀਂ ਵੀ ਦੇਖੀ ਹੋਵੇਗੀ ਸੋਸ਼ਲ ਮੀਡੀਆ ਦੇ ਉੱਪਰ ਜੋ ਪ੍ਰਗਟ ਸਿੰਘ ਦੇ ਨਾਲ ਸਪੋਰਟਸ ਮਿਨਿਸਟਰ ਨੇ ਜਲੰਧਰ ਤੋਂ ਹੀ ਬਿਲੋਂਗ ਕਰਦੇ ਨੇ ਤਾਂ ਉਹਨਾਂ ਦੇ ਨਾਲ ਵਾਇਰਲ ਹੋ ਰਹੀ ਹੈ ਔਰ ਕਿਤਨਾ ਕਿਤੇ ਆਪਣਾ ਗੁੱਸਾ ਵੀ ਜ਼ਾਹਰ ਕਰੀਏ ਸੋਸ਼ਲ ਮੀਡੀਆ ਦੇ ਉੱਪਰ ਮੇਰੇ ਨਾਲ ਨੇ ਮਲਕਾ ਹਾਂਡਾ ਤੇ ਨਾਲ ਉਹਨਾਂ ਦੀ ਮਾਤਾ ਜੀ ਨੇ ਗੱਲਬਾਤ ਵੀ ਕਰਾਂਗੇ ਤੇ ਸਭ ਤੋਂ ਪਹਿਲਾਂ ਦੱਸਦੀ ਕਿ ਲੜਕੀ ਨੇ ਜੋ ਨਾਮਨਾਖਟਿਆ ਹੈ ਜੋ ਮਾਨ ਸਨਮਾਨ ਭਾਰਤ ਦਾ ਵਧਾਇਆ ਹੈ ਉਹ ਜ਼ਾਹਿਰ ਹੈ ਕਿ ਲੜਕੀ ਨੂੰ ਖੁਦ ਹੀ ਜਿਹੜਾ ਹੈ ਸਰਕਾਰਾਂ ਵੱਲੋਂ ਚਾਹੇ ਕੇਂਦਰ ਦੀ ਹੈ ਚਾਹੇ ਪੰਜਾਬ ਦੀ ਹੈ ਸਨਮਾਨਿਤ ਕੀਤਾ ਜਾਣਾ ਚਾਹੀਦਾ ਸੀ ਕੈਸ਼ ਅਵਾਰਡ ਦੇ ਨਾਲ ਜਾਂ ਫਿਰ ਨੌਕਰੀ ਦੇ ਕੇ ਕਿਸੇ ਵੀ ਤਰ੍ਹਾਂ ਦੇ ਨਾਲ ਪਰ ਹਲੇ ਤੱਕ तकरीबन 5 ਸਾਲ ਦਾ ਸਮਾਂ ਹੋ ਚੁੱਕਿਆ ਕੇਂਦਰ ਸਰਕਾਰ ਵੱਲੋਂ ਪਿਛਲੇ ਸਾਲ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਦੇ ਚਲਦਿਆਂ ਪੰਜਾਬ ਦੇ ਕਿਸਾਨਾਂ ਵਿੱਚ ਭਾਰੀ ਰੋਸ ਸੀ ਅਤੇ ਕਿਸਾਨ ਇਹਨਾਂ ਖੇਤੀ ਕਾਨੂੰਨਾਂ ਨੂੰ ਕਿਸਾਨ ਵਿਰੋਧੀ ਦੱਸ ਰਹੇ ਸੀ। ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਨਾਲ ਮਿਲਦੇ ਜੁਲਦੇ ਕਾਨੂੰਨ ਪਿਛਲੀ ਅਕਾਲੀ ਦਲ ਅਤੇ ਭਾਜਪਾ ਦੀ ਸਰਕਾਰ ਵੀ ਪਾਸ ਕਰ ਚੁੱਕੀ ਸੀ ਅਤੇ ਇਹਨਾਂ ਕਾਨੂੰਨਾਂ ਦੇ ਚਲਦਿਆਂ ਵੀ ਕਿਸਾਨਾਂ ਨੂੰ ਭਾਰੀ ਨੁਕਸਾਨ ਹੋ ਸਕਦਾ ਸੀ। ਅਜਿਹੇ ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਕਿਸਾਨਾਂ ਦੀ ਸਮੱਸਿਆ ਨੂੰ ਸਮਝਿਆ ਅਤੇ ਵਿਧਾਨ ਸਭਾ ਵਿੱਚ ਤਿੰਨ ਖੇਤੀ ਕਾਨੂੰਨ ਰੱਦ ਕਰ ਦਿੱਤੇ। ਭਾਜਪਾ আর আকਾਲੀ ਦাল ਦੀ ਸਾਂਝੀ ਸਰਕਾਰ ਨੇ ਇਹ ਤਿੰਨ ਕਾਨੂੰਨ ਪਾਸ ਕੀਤੇ ਜਿਨ੍ਹਾਂ ਨੂੰ ਕਾਲੇ ਕਾਨੂੰਨ ਕਹਿੰਦੇ ਜਿਨ੍ਹਾਂ ਨੂੰ ਹੁਣ ਮਜਬੂਰੀ ਦੇ ਵਿੱਚ ਭਾਜਪਾ ਦੀ ਸਰਕਾਰ ਨੂੰ ਰੱਦ ਕਰਨਾ ਪੈ ਰਿਹਾ ਜਦ ਕਿਸਾਨਾਂ ਦਾ ਸੰਘਰਸ਼ ਵੱਡਾ ਹੋ ਗਿਆ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਸਾਡੀ ਸਰਕਾਰ ਨੇ 213 ਵਾਲਾ ਜਿਹੜਾ ਨਾਂ ਦਾ ਮਾਂ ਸੀਗੀ ਕਾਨੂੰਨ ਉਹ ਵਿਧਾਨ ਸਭਾ ਦੇ ਵਿੱਚ ਰੱਦ ਕੀਤਾ। ਪੰਜਾਬ ਸਰਕਾਰ ਦੇ ਇਸ ਫੈਸਲੇ ਦੇ ਨਾਲ ਕਿਸਾਨਾਂ ਦਾ ਬਹੁਤ ਵੱਡਾ ਫਾਇਦਾ ਹੋਵੇਗਾ ਜਿਹੜਾ ਚੰਨੀ ਸਰਕਾਰ ਦਾ ਫੈਸਲਾ ਹੈ ਜੀ ਕੰਟਰੈਕਟ ਫਾਰਮਿੰਗ 2013 ਬਿਲ ਰੱਦ ਹੋਣ ਦਾ ਉਹ ਬਹੁਤ ਚੰਗਾ ਹੈ ਇਹਦੇ ਨਾਲ ਕਿਸਾਨਾਂ 'ਚ ਖੁਸ਼ੀ ਹੈ ਗਈ ਤੇ ਵਧੀਆ ਫੈਸਲੇ ਕਿਸਾਨ ਹਿੱਤਾਂ ਦੇ ਵਿੱਚ ਲਿਆਇਆ ਗਿਆ ਹੈਗਾ ਅਸੀਂ ਇਹਦਾ ਧੰਨਵਾਦ ਕਰਦੇ ਹਾਂ ਚੰਨੀ ਸਰਕਾਰ ਦਾ ਬਹੁਤ ਵਧੀਆ ਫੈਸਲਾ ਜੀ ਅਸੀਂ ਚੰਨੀ ਸਰਕਾਰ ਦਾ ਧੰਨਵਾਦ ਕਰਦੇ ਹਾਂ ਜਿਹੜਾ ਵੈਜ ਲੋਰਤ ਕਰੇਗਾ ਦਰਦ ਦਰਦ ਦੀਆਂ ਠੋਕਰਾਂ ਖਾ ਰਹੇ ਨੇ ਪਹਿਲਾਂ ਪਿਛਲੇ ਸਰਕਾਰ ਹੁਣ ਕਾਂਗਰਸ ਦੀ ਸਰਕਾਰ ਪਰ ਹੱਲ ਨਹੀਂ ਨਿਕਲਿਆ ਆਖਰੀ ਉਮੀਦ ਸੀ ਕਿ ਜਾਂਦੇਵਾਰ ਸਰਕਾਰ ਕੁਛ ਨਾ ਕੁਛ ਕਰ ਜਾਵੇ ਪਰ ਜੋ ਪ੍ਰਗਟ ਸਿੰਘ ਹੋਰਾ ਵੱਲੋਂ ਇਹ ਕਿਹਾ ਗਿਆ ਕਿ ਸਿੱਖਿਆ ਅਜਿਹੇ ਬੱਚਿਆਂ ਦੇ ਲਈ ਪੰਜਾਬ ਸਰਕਾਰ ਤੋਂ ਕੋਈ ਵੀ ਪਾਲਸੀ ਨਹੀਂ ਹੈ ਸਿੱਧਾ ਰਿਐਕਸ਼ਨ ਲੈਣੇ ਮਾਤਾ ਜੀ ਕਿਵੇਂ ਦੇਖਦੇ ਹੋ ਸਪੋਰਟਸ ਮਿਨਿਸਟਰ ਦਾ ਅਜਿਹਾ ਬਿਆਨ ਸਪੋਰਟਸ ਮਿਨਿਸਟਰ ਦਾ ਜਿਹੜਾ ਉਹਨਾਂ ਨੇ ਬਿਆਨ ਦਿੱਤਾ ਹੈ 31 ਦਸੰਬਰ ਨੂੰ ਸਾਨੂੰ ਇਹ ਆਸ ਨਹੀਂ ਸੀ ਉਹਨਾਂ ਦੇ ਕੋਲੋਂ ਕਿ ਇੱਕ ਜਿਹੜਾ ਖੁਦ ਖੇਡ ਕੇ ਅੱਗੇ ਵੱਧਿਆ ਹੋਵੇ ਇਨਸਾਨ ਔਰ ਹੁਣ ਸਪੋਰਟਸ ਮਿਨਿਸਟਰ ਦੇ ਅਹੁਦੇ ਦੇ ਉੱਤੇ ਪਹੁੰਚਿਆ ਹੋਵੇ ਉਹਨੂੰ ਤੇ ਇੱਕ ਜਿਹੜਾ ਸਪੋਰਟਸ ਪਰਸਨ ਹੁੰਦਾ ਉਹਦੀ ਮਿਹਨਤ ਦਾ ਵੀ ਉਹਨੂੰ ਪਤਾ ਹੁੰਦਾ ਉਹਦੀ ਅਚੀਵਮੈਂਟਾਂ ਦਾ ਵੀ ਉਹਨੂੰ ਪਤਾ ਹੁੰਦਾ ਕਿ ਕਿੰਦਾ ਕਿਸ ਤਰ੍ਹਾਂ ਬੰਦਾ ਜਾ ਕੇ ਨੈਸ਼ਨਲ ਔਰ ਇੰਟਰਨੈਸ਼ਨਲ 'ਚ ਜਾ ਕੇ ਮੈਡਲ ਲੈ ਕੇ ਆਂਦਾ ਪਰ ਜਦੋਂ ਉਹਨਾਂ ਨੇ ਬੱਚੀ ਨੂੰ ਇਹ ਗੱਲ ਕਹੀ ਕਿ ਤੁਹਾਡੇ ਲਈ ਕੋਈ ਪੋਲੀਸੀ ਨਹੀਂ ਤੁਹਾਡਾ ਕੋਈ ਰਾਈਟ ਹੀ ਨਹੀਂ ਤੇ ਬੱਚਾ ਉਸ ਦਿਨ ਦਾ ਇੰਨਾ ਕੋ ਡਿਪਰੈਸਡ ਹੋ ਗਿਆ ਕਿ ਬਾਰ-ਬਾਰ ਰੋਈ ਜਾ ਰਹੀ ਹੈ ਕਿ ਕਹਿੰਦੀ ਸਰਕਾਰ ਨੇ ਜੇ ਇਸ ਤਰ੍ਹਾਂ ਹੀ ਕਰਨਾ ਸੀ ਤੇ ਮੰਨੋ 5 ਸਾਲਾਂ ਤੋਂ ਲਾਰੇ ਕਿਉਂ ਲਾ ਰਹੀ ਸੀ ਕਾਂਗਰਸ ਸਰਕਾਰ ਮੈਂ 10 ਸਾਲਾਂ ਤੋਂ ਆਪਣੀ ਸਰਕਾਰ ਦੇ ਲਈ ਮੈਡਲ ਤੇ ਮੈਡਲ ਸਾਰਾ মিডিਆ ਜਾਣਦਾ ਮੈਂ ਲਗਾਤਾਰ 7 ਵਾਰੀ ਨੈਸ਼ਨਲ ਚੈਂਪੀਅਨ ਆ 6 ਵਾਰੀ ਇੰਟਰਨੈਸ਼ਨਲ ਚੋਂ 2 골ਡ ਤੇ 4 ਸਿਲਵਰ ਮੈਡਲ ਲੈ ਕੇ ਆਈ ਹੋਈਆਂ ਤੇ ਸਰਕਾਰਾਂ ਨੂੰ ਨਾ ਮੇਰੇ ਮੈਡਲ ਨਜ਼ਰ ਆ ਰਹੇ ਨੇ ਨਾ ਮੇਰਾ ਹਾਰਡਵਰਕ ਨਜ਼ਰ ਆ ਰਿਹਾ ਜਦੋਂ ਜਦੋਂ ਵੀਡੀਓ ਦੇ ਵਿੱਚ ਵੀ ਅਸੀਂ ਦਿਖ ਰਹੇ ਆ ਪ੍ਰਗਟ ਸਿੰਘ ਨਾਲ ਗੱਲਬਾਤ ਹੋਈ ਸੀ ਤਾਂ ਇੱਕ ਹੋਰ ਵੀ ਸੀ ਜੋ ਪਹਿਲਾਂ ਆਪਣੇ ਸਪੋਰਟਸ ਮਿਨਿਸਟਰ ਸੀ ਸਾਹਿਬ ਦਾ ਹਾਂਜੀ ਉਹਨਾਂ ਨੇ ਮੇਰੇ ਖਿਆਲ ਨਾਲ ਤੁਹਾਨੂੰ ਇਨਵਾਈਟ ਕੀਤਾ ਸੀ ਹੈਨਾ ਕੋਈ ਸਨਮਾਨਿਤਲੀ ਤੁਹਾਨੂੰ ਜਿਹੜਾ ਆ ਉਹ ਸੱਦਾ ਪੱਤਰ ਭੇਜਿਆ ਸੀ ਹਾਂਜੀ ਤੇ ਉਸ ਨੂੰ ਲੈ ਕੇ ਪ੍ਰਗਟ ਸਿੰਘ ਹੋਰਾ ਵੱਲੋਂ ਕੀ ਪ੍ਰਤੀਕਿਰਿਆ ਸੀ ਉਹੀ ਇਹ ਮਲਿਕਾ ਨੇ ਇਹੀ ਉਸ ਦਿਨ ਉਹਨਾਂ ਨੂੰ ਕੁਐਸਚਨ ਪੁੱਟ ਕੀਤਾ ਕਿ ਜਿਹੜੇ ਪਹਿਲੇ ਸੀਗੇ ਸਪੋਰਟਸ ਮਿਨਿਸਟਰ ਰਾਣਾ ਗੁਰਮੀਤ ਸਿੰਘ ਸੋਢੀ ਡਾਇਰੈਕਟਰ ਆਫ ਸਪੋਰਟਸ ਮਿਸਟਰ ਖਰਬੰਦਾ ਉਹਨਾਂ ਵੱਲੋਂ ਮੈਨੂੰ ਇੱਕ ਇਨਵੀਟੇਸ਼ਨ ਲੈਟਰ ਵੀ ਆਈ ਸੀ ਜਿੰਦੇ ਵਿੱਚ ਉਹਨਾਂ ਨੇ ਇੱਥੇ ਤੱਕ ਕਿ ਅਖਬਾਰਾਂ ਦੇ ਵਿੱਚ ਵੀ ਅਨਾਉਂਸ ਕਰ ਦਿੱਤਾ ਸੀ ਕਿ ਮਲਿਕਾ ਨੂੰ ਕੈਸ਼ ਅਵਾਰਡ ਔਰ ਜੋ ਵੀ ਇਹਦਾ ਬੰਦਾ ਹੋਇਆ ਹਾਕੀ ਉਹਨਦੇ ਨਾਲ ਸਨਮਾਨਿਤ ਕੀਤਾ ਜਾਏਗਾ ਔਰ ਸਾਡੇ ਕੋਲੋਂ ਲੈਟਰ ਵੀ ਪਈ ਹੋਈ ਆ ਕਿ ਮਲਿਕਾ ਨੂੰ 8 ਸਤੰਬਰ ਨੂੰ ਨੀਰਜ ਚੋਪੜਾ ਦੇ ਨਾਲ ਉੱਥੇ ਸਨਮਾਨਿਤ ਕਰਨਾ ਸੀਗਾ ਪਰ ਉਦੋਂ ਉਹਨਾਂ ਨੇ ਡਿਊ ਟੂ ਕੋਵਿਡ ਦੇ ਕਾਰਨ ਦੱਸ ਕੇ ਤੇ ਉਹ ਜਿਹੜਾ ਪ੍ਰੋਗਰਾਮ ਸੀ ਪੋਸਟਪੋਂਡ ਕਰ ਦਿੱਤਾ ਮਲਿਕਾ ਦਾ ਤੇ ਫੇਰ ਕਹਿੰਦੇ ਅਸੀਂ ਫੇਰ ਬੁਲਾਵਾਂਗੇ ਅਸੀਂ ਇਹੀ ਉਹਨਾਂ ਦੇ ਕੋਲੋਂ ਪ੍ਰਗਟ ਸਿੰਘ ਸਰ ਕੋਲੋਂ ਪੁੱਛਿਆ ਕਿ ਮਲਿਕਾ ਨੇ ਇਹੀ ਪੁੱਛਿਆ ਕਿ ਸਰ ਜਿਹੜਾ ਉਸ ਰਾਣਾ ਸੋਢੀ ਸਰ ਨੇ ਐਜ਼ ਅ ਸਪੋਰਟਸ ਮਿਨਿਸਟਰ ਵਾਅਦਾ ਕੀਤਾ ਸੀ ਉਸ ਵਾਅਦੇ ਦਾ ਕੀ ਹੈ ਤੇ ਤਾਂ ਪ੍ਰਗਟ ਸਿੰਘ ਦਾ ਇਹੀ ਜਵਾਬ ਸੀਗਾ ਕਿ ਜੇ ਉਹਨੇ ਝੂਠੇ ਵਾਅਦੇ ਕਰ ਦਿੱਤੇ ਨੇ ਤੇ ਉਹਦੇ ਕੋਲ ਹੀ ਤੁਸੀਂ ਜਾਓ ਮੈਂ ਇਹੀ ਮੈਨੂੰ ਬਾਰ-ਬਾਰ ਇਹੀ ਗੱਲ ਆਉਂਦੀ ਪਈ ਐ ਜੇ ਸਪੋਰਟਸ ਮਿਨਿਸਟਰ ਉਹ ਹੈ ਹੀ ਨਹੀਂ ਹੈਗੇ ਤੇ ਅਸੀਂ ਉਹਨਾਂ ਕੋਲ ਕਿਸ ਤਰ੍ਹਾਂ ਜਾਵਾਂਗੇ ਸਪੋਰਟਸ ਮਿਨਿਸਟਰ ਤਾਂ ਤੁਸੀਂ ਇਸ ਟਾਈਮ ਤੇ ਤੁਸੀਂ ਹੈਗੇ ਹੋ ਪਾਰਟੀ ਵੀ ਛੱਡ ਗਈ ਹੈ ਹਾਂਜੀ ਪਾਰਟੀ ਵੀ ਛੱਡ ਗਏ ਨੇ ਪਰ ਰਾਤ ਨੂੰ ਹੀ ਇੰਡੀਆ ਟੀਵੀ ਦੇ ਉੱਤੇ ਉਹਨਾਂ ਦੇ ਨਾਲ ਇੰਡੀਆ ਟੀਵੀ ਵਾਲਿਆਂ ਨੇ ਉਹਨਾਂ ਨਾਲ ਗੱਲਬਾਤ ਕੀਤੀ ਸੀ ਔਰ ਉਹਨਾਂ ਨੇ ਉਹੀ ਕਿਹਾ ਸੀ ਕਿ ਮੈਂ ਜੋ ਵੀ ਫੈਸਲਾ ਲਿਆ ਸੀ ਸਾਰੀ ਸਰਕਾਰ ਦੇ ਸਭ ਨੇ ਜੋ ਵੀ ਅਫੀਸਰ ਸੀਗੇ ਉਹਨਾਂ ਦੇ ਅਕੋਰਡਿੰਗ ਉਹਨਾਂ ਦੇ ਫੈਸਲੇ ਦੇ ਅਨੁਸਾਰ ਮਲਿਕਾ ਲਈ ਕੈਸ਼ ਅਵਾਰਡ ਵੀ ਅਨਾਉਂਸ ਕੀਤਾ ਸੀ ਜੋ ਵੀ ਇਹਦਾ ਬੰਦਾ ਹੱਕ ਜੋਬ ਲਈ ਵੀ ਅਨਾਉਂਸ ਕੀਤਾ ਸੀ ਪਰ ਸਾਡੀ ਸਰਕਾਰ ਚਾਰ ਪੰਜ ਦਿਨਾਂ ਦੇ ਵਿੱਚ ਡਿੱਗ ਗਈ ਤੇ ਉਹ ਹੁਣ ਜਿਹੜੀ ਮੌਜੂਦਾ ਸਰਕਾਰ ਹੈ ਉਹਨੂੰ ਉਹ ਮੇਰੇ ਵਾਦਿਆਂ ਨੂੰ ਪੂਰਾ ਕਰਨਾ ਚਾਹੀਦਾ ਹੈ ਤਾਂ ਜੋ ਇਸ ਬੱਚੀ ਦੇ ਨਾਲ ਧੱਕਾ ਨਾ ਬੋਲਿਆ ਨਹੀਂ ਵੀ ਪਾਲਸੀਆਂ ਸਰਕਾਰ ਨੇ ਬਣਾਉਣੀਆਂ ਹੁੰਦੀਆਂ ਜੇਕਰ ਤੁਹਾਡੇ ਜ਼ਹਿਨ 'ਚ ਨਹੀਂ ਹੈ ਤਾਂ ਹੁਣ ਬਣਾ ਦਿਓ ਪਾਲਸੀ ਸਰ ਅਸੀਂ ਬਾਰ-ਬਾਰ ਇਹਨਾਂ ਨੂੰ ਬੋਲ ਚੁੱਕੇ ਹਾਂ ਇਹਨਾਂ ਨੂੰ ਜਦ ਕਿ ਅਸੀਂ ਜਦੋਂ ਪਹਿਲੀ ਵਾਰੀ ਵੀ ਮਿਲੇ ਸੀ ਤੇ ਇਹਨਾਂ ਨੇ ਉਦੋਂ ਵੀਡੀਓ ਵੀ ਹੈਗੀ ਮਲਿਕਾ ਕੋਲ ਮਲਿਕਾ ਨੂੰ ਇਹ ਕਿਹਾ ਸੀਗਾ ਚਲੋ ਪਹਿਲੀ ਸਰਕਾਰ ਦੇ ਲਾਰੇ ਵੀ ਛੱਡ ਦਿਓ ਉਹਨਾਂ ਦੇ ਇਨਵੀਟੇਸ਼ਨ ਲੈਟਰ ਵੀ ਛੱਡ ਦਿਓ ਚਲੋ ਜੀ ਉਹਨਾਂ ਨੇ ਜੋ ਲਾਰੇ ਲਾਏ ਇਹਨਾਂ ਨੇ ਨਹੀਂ ਪੂਰੇ ਸਰਕਾਰ ਤੇ ਪਰ ਉਹ ਕਾਂਗਰਸ ਦੀ ਸੀ ਹੈ ਨਾ ਬਾਰ ਮੈਂ ਪ੍ਰਗਟ ਸਿੰਘ ਸਰ ਨੂੰ ਇਹੀ ਕਹਿਣੀ ਆ ਕਿ ਜਦੋਂ ਅਸੀਂ ਮਲਿਕਾ ਦੀ ਫਾਈਲ ਤੁਹਾਡੇ ਕੋਲ ਲੈ ਕੇ ਗਏ ਸੀ ਤੁਸੀਂ ਮਲਿਕਾ ਨੂੰ ਇਹ ਵਾਅਦਾ ਕੀਤਾ ਸੀ ਉਸ ਟਾਈਮ ਦੇ ਉੱਤੇ ਸਾਡੇ ਕੋਲ ਵੀਡੀਓ ਵੀ ਹੈ ਕਿ ਮਲਿਕਾ ਇੱਕ ਹਫ਼ਤੇ ਬਾਅਦ ਮੈਂ ਕੈਸ਼ ਅਵਾਰਡ ਸੈਰੇਮਨੀ ਕਰ ਰਿਹਾ ਹਾਂ ਚੰਡੀਗੜ੍ਹ ਦੇ ਵਿੱਚ ਔਰ ਉਹਦੇ ਵਿੱਚ ਤਨੂੰ ਸਪੈਸ਼ਲ ਤਨੂੰ ਅਸੀਂ ਇਨਵਾਈਟ ਕਰਾਂਗੇ ਔਰ ਉਹਦੇ ਵਿੱਚ ਤੇਰਾ ਜਿਹੜਾ ਬੰਦਾ ਮਾਨ ਸਨਮਾਨ ਤੇਰੀ ਨੌਕਰੀ ਜੋ ਵੀ ਹੈ ਸਭ ਕੁਝ ਅਸੀਂ ਦਵਾਗੇ ਕਿਉਂ ਉਦੋਂ ਸਰ ਨੂੰ ਪਾਲਿਸੀ ਦਾ ਨਹੀਂ ਸੀ ਪਤਾ ਕਿਉਂਕਿ ਸਰ ਨੇ ਉਸ ਟਾਈਮ ਤੇ ਪ੍ਰੋਪਰ ਕਿਹਾ ਸੀ ਕਿ ਮਲਿਕਾ ਮੈਂ ਤੇਰੇ ਕੇਸ ਦਾ ਤਨਮਨ ਨੂੰ ਸਾਰਾ ਪਤਾ ਹੈ ਔਰ ਚੰਡੀਗੜ੍ਹ ਵੀ ਇਹਨਾਂ ਨੇ ਫੋਨ ਕਰਕੇ ਉਸ ਟਾਈਮ ਤੇ ਕੇਸ ਦੇ ਬਾਰੇ ਚ ਸਟੱਡੀ ਵੀ ਕੀਤਾ ਸੀਗਾ ਔਰ ਬਾਅਦ ਦੇ ਵਿੱਚ ਜਦੋਂ ਆਕੇ ਹੁਣ ਬਾਅਦ ਦੇ ਵਿੱਚ 15 20 ਦਿਨ ਮਹੀਨੇ ਦੇ ਵਿੱਚ ਬਾਅਦ ਜਾ ਕੇ ਕਹਿ ਰਹੇ ਨੇ ਕਿ ਤੇਰੇ ਲਈ ਹਲੇ ਪਾਲਿਸੀ ਨਹੀਂ ਬਣੀ ਤੇ ਕਿਉਂ ਉਦੋਂ ਉਹਨਾਂ ਨੂੰ ਪਤਾ ਨਹੀਂ ਸੀ ਉਦੋਂ ਦਾ ਇਨਵੀਟੇਸ਼ਨ ਸੀ ਸਪੋਰਟਸ ਡਾਇਰੈਕਟਰ ਡੀਪੀਐਸ ਖਰ ਖਰਵੰਦਾ ਹੋਰਾ ਵੱਲੋਂ ਤੁਸੀਂ ਉਸ ਦਾ ਜ਼ਿਕਰ ਕੀਤਾ ਵੀ ਜਿਹੜਾ ਐ ਤੁਹਾਡੇ ਸਪੋਰਟਸ ਵਿਭਾਗ ਚੋਂ ਆਇਆ ਸੀ ਸਾਨੂੰ ਨਾ ਕਿ ਕਿਸੇ ਹੋਰ ਮੰਤਰੀ ਨੇ ਪਰਸਨਲੀ ਭੇਜਿਆ ਸੀ ਹਾਂਜੀ ਕਿਹਾ ਇਹ ਉਹ ਕਹਿੰਦੇ ਉਹਨਾਂ ਨੇ ਝੂਠੇ ਵਾਅਦੇ ਕਰ ਦਿੱਤੇ ਨੇ ਉਹ ਵੱਲੇ ਮੰਤਰੀ ਵਾਅਦੇ ਕਰਕੇ ਚਲੇ ਗਏ ਨੇ ਤੇ ਉਹਨਾਂ ਨੇ ਕਿਹੜਾ ਵਾਅਦਾ ਪੂਰਾ ਕੀਤਾ ਹੈਗਾ ਉਹ ਪਾਲਿਸੀ ਦੇ ਅਗੇਂਸਟ ਸੀਗਾ ਉਹਨਾਂ ਨੇ ਐਵੇਂ ਹੀ ਵਾਅਦਾ ਕਰ ਦਿੱਤਾ ਹਾਂ ਤੇ ਅਸੀਂ ਕਿਆ ਫੇਰ ਅਸੀਂ ਕੀ ਕਰ ਸਕਦੇ ਆ ਉਹਦੇ ਵਿੱਚ ਜੇ ਉਹਨਾਂ ਨੇ ਵਾਅਦਾ ਕੀਤਾ ਹੈਗਾ ਤੇ ਕਹਿੰਦੇ ਉਹਨਾਂ ਦੇ ਕੋਲ ਹੀ ਜਾਓ ਤੁਹਾਨੂੰ ਕਿਵੇਂ ਲੱਗਦਾ ਵੀ ਇੱਕ ਤਾਂ ਸਪੋਰਟਸ ਮਿਨਿਸਟਰ ਜਿਹੜੇ ਹੈਗੇ ਨੇ ਉਹ ਵੀ ਖਿਡਾਰੀ ਨੇ ਸਾਬਕਾ ਖਿਡਾਰੀ ਨੇ ਫਿਰ ਦੂਸਰਾ ਜਲੰਧਰ ਦੇ ਹੀ ਰਹਿਣ ਵਾਲੇ ਨੇ ਹੈਨਾ ਜਾਂਤ ਹੋਈ ਕਿਸੇ ਹੋਰ ਜ਼ਿਲ੍ਹੇ ਦੇ ਨੇ ਤੇ ਆਪਣੇ ਹੀ ਜ਼ਿਲ੍ਹੇ ਦੀ ਆਪਣੀ ਹੀ ਧੀ ਦੇ ਲਈ ਕਿਉਂ ਨਹੀਂ ਉਹ ਕੋਈ ਇਦਾਂ ਦੀ ਪਾਲਿਸੀ ਤਿਆਰ ਕਰਦੇ ਤੁਹਾਨੂੰ ਕੀ ਲੱਗਦਾ ਇਸ ਦੇ ਵਿੱਚ ਮੈਨੂੰ ਤਾਂ ਕੁਛ ਉਹਨਾਂ ਦੀ ਸਮਝ ਹੀ ਨਹੀਂ ਆ ਰਹੀ ਹੈਗੀ ਮੈਨੂੰ ਉਹਨਾਂ ਦਾ ਕੁਝ ਜੋ ਵੀ ਹੈ ਇਹਨਾਂ ਬੱਚਿਆਂ ਦੇ ਲਈ ਪੋਜ਼ਿਟਿਵ ਸੋਚ ਮੈਨੂੰ ਨਜ਼ਰ ਨਹੀਂ ਆ ਰਹੀ ਹੈਗੀ ਯਾਨੀ ਕਿ ਮੈਂ ਇਹੀ ਗੱਲ ਕਹਿੰਦੀ ਪਈ ਹਾਂ ਕਿ ਮ ਮਲਿਕਾ ਨੇ ਉਹਨੂੰ ਹਾਲੇ ਤੱਕ ਡੈਫੈਂਟ ਡੰਬ ਸਮਝਿਆ ਜਾ ਰਿਹਾ ਜਦ ਕਿ ਸਾਰਾ মিডিਆ ਨੂੰ ਪਤਾ ਹੈ ਇਹ ਨੋਰਮਲ ਕੈਟਾਗਰੀ ਚ ਵੀ ਜਾ ਕੇ ਪਾਰਟਿਸਪੇਟ ਕਰਦੀ ਪਈ ਹੈ ਆਪਣੇ ਪੰਜਾਬ ਦੀ ਇਕੱਲੀ ਲੜਕੀ ਹੈ ਜਿਹੜੀ ਨੈਸ਼ਨਲ ਵੀ ਪਾਰਟਿਸਪੇਟ ਕਰਦੀ ਹੈ ਇੰਟਰਨੈਸ਼ਨਲ ਲੈਵਲ ਦੇ ਉੱਤੇ ਵਰਲਡ ਫੂਡੇ 올ਿਮਪੀਆਡ ਦੇ ਵਿੱਚ ਵਿਸ਼ਵਨਾਥਨ ਆਨੰਦ ਦੇ ਨਾਲ ਜਾ ਕੇ ਨੇ ਪਾਰਟਿਸਪੇਟ ਕੀਤਾ ਹੋਇਆ ਤੇ ਹਾਲੇ ਵੀ ਉਸ ਬੱਚੇ ਨੂੰ ਤੁਸੀਂ ਡੈਫੈਂਟ ਡੰਬ ਜਾਂ ਡਿਸੇਬਲ ਹੀ ਮੰਨੀ ਜਾਓਗੇ ਮੈਨੂੰ ਇਹ ਸਰਕਾਰ ਕੋਲੋਂ ਇਹ ਉਮੀਦ ਨਹੀਂ ਸੀ ਮੈਨੂੰ ਸਰਕਾਰ ਨਾਲ ਇਹੀ ਗਿਲਾ ਹੈ ਸਰਕਾਰ ਨੇ ਜੇ ਪਾਲਿਸੀ ਬਣਾਣੀ ਜਾਂ ਨਹੀਂ ਬਣਾਣੀ ਉਹ ਸਰਕਾਰਾਂ ਦਾ ਗੱਲ ਹੈ ਪਰ ਬੱਚੇ ਨੂੰ ਬਾਰ-ਬਾਰ ਇਹ ਅਹਿਸਾਸ ਦਿਲਾ ਰਹੇ ਨੇ ਕਿ ਤੂੰ ਬੋਲ ਸੁਣ ਨਹੀਂ ਸਕਦੀ ਤੇਰਾ ਕੋਈ ਰਾਈਟ ਹੀ ਨਹੀਂਗਾ ਹੈਗਾ ਬੱਚਾ ਇਸ ਗੱਲ ਦੇ ਨਾਲ ਬਹੁਤ ਜ਼ਿਆਦਾ ਮਾਯੂਸ ਹੋ ਰਿਹਾ ਹੈ ਮੈਂ ਸਰਕਾਰ ਨੂੰ ਇਹੀ ਗੱਲ ਬਾਰ-ਬਾਰ ਕਹਿਣਾ ਚਾਹਨੀ ਆ ਇਹਨਾਂ ਬੱਚਿਆਂ ਲਈ ਕਰਨਾ ਹੈ ਕਰੋ ਨਹੀਂ ਕਰਨਾ ਨਾ ਕਰੋ ਪਰ ਇਹਨਾਂ ਬੱਚਿਆਂ ਨੂੰ ਡਿਸੇਬਲ ਜਾਂ ਡੈਫੈਂਡ ਡੰਬ ਕਹਿ ਕੇ ਨਾ ਪੁਕਾਰੋ ਬੱਚੇ ਸਾਡੇ ਕੈਪੇਬਲ ਨੇ ਬੱਚਿਆਂ ਨੇ ਆਪਣਾ ਨਾਮ ਆਪਣੇ ਦੇਸ਼ ਦਾ ਨਾਮ ਆਪਣੀ ਸਟੇਟ ਦਾ ਨਾਮ ਹਰ ਜਗ੍ਹਾ ਦੇ ਉੱਤੇ ਜਾ ਕੇ ਰੋਸ਼ਨ ਕੀਤਾ ਹੈ ਇਹਨਾਂ ਬੱਚਿਆਂ ਨੂੰ ਇਹਨਾਂ ਦੀ ਕਮੀ ਦਾ ਅਹਿਸਾਸ ਨਾ ਦਿਵਾਓ ਤਾਂ ਕਿ ਇਹ ਅੰਧੇਰੇ ਦੇ ਵਿੱਚ ਠੇਕੇਲਣ ਦੀ ਕੋਸ਼ਿਸ਼ ਨਾ ਇਹਨਾਂ ਨੂੰ ਕਰੋ ਅਸੀਂ ਆਪਣੇ ਬੱਚੇ ਨੂੰ ਬਹੁਤ ਅੱਗੇ ਵਧਾ ਦਿੱਤਾ ਹੈ ਆਪਣੇ ਬੱਚੇ ਨੂੰ ਇੰਨਾ ਕੁ ਸਾਡੀ ਸੁਸਾਇਟੀ ਸਾਡੇ ਪੀੜ ਸਭ ਜਣਿਆਂ ਨੇ ਸਾਰੇ মিডিਆ ਨੇ ਇਹਨੂੰ ਇੰਨਾ ਕੁ ਸਪੋਰਟ ਕੀਤਾ ਕਿ ਬੱਚੇ ਜਾਂ ਤ ਹੋਰ ਮੈਡਲ ਲਿਆ ਹੋਰ ਮੈਡਲ ਲੈ ਕੇ ਆ ਪਰ ਸਰਕਾਰ ਬੱਚੇ ਨੂੰ ਅੰਧੇਰੇ ਵੱਲ ਤਕੇਲ ਰਹੀ ਹੈ ਉਹਦਾ ਫਿਊਚਰ ਤੇ ਸਰਕਾਰ ਨੇ ਬਰਬਾਦ ਕਰ ਹੀ ਦਿੱਤਾ ਪਰ ਮੈਂ ਕਹਿੰਨੀ ਆ ਕਿ ਬੱਚਿਆਂ ਨੂੰ ਬਾਰ-ਬਾਰ ਇਹ ਨਾ ਅਹਿਸਾਸ ਦਿਲਾਓ ਕਿ ਤੁਸੀਂ ਗੁੰਗੇ ਬੋਲੇ ਹੋ ਤੁਸੀਂ ਕੁਝ ਨਹੀਂ ਕਰ ਸਕਦੇ ਅੱਜ ਮੈਮ ਅਜਨਾ ਮਨੀਸ਼ਾ ਗੁਲਾਟੀ ਜਿਹੜੇ ਮਹਿਲਾ ਕਮਿਸ਼ਨ ਪੰਜਾਬ ਦੇ ਚੇਅਰਪਰਸਨ ਨੇ ਇੱਥੇ ਆਈ ਸੀ ਜਲੰਧਰ ਉਹਨਾਂ ਨੂੰ ਮੈਂ ਹੀ ਸਵਾਲ ਪੁੱਟ ਕੀਤਾ ਸੀ ਕਿ ਇੱਕ ਬੱਚੀ ਹੈਗੀ ਹੈ ਤੇ ਬਰਗਰ ਸਿੰਘ ਹੋਰਾ ਵੱਲੋਂ ਇਹ ਜਵਾਬ ਸੀ ਕਿ ਸਾਡੇ ਲਈ ਪਾਲਸੀ ਨਹੀਂ ਉਹਨਾਂ ਨੇ ਬੋਲਿਆ ਵੀ ਅਸੀਂ ਮੈਂ ਅਪਰੋਚ ਕਰਾਂਗੀ ਸਰਕਾਰ ਤੱਕ ਲਿਖ ਕੇ ਲਿਖਾਂਗੀ ਕਿ ਅਜਿਹੀਆਂ ਪਾਲਸੀਆਂ ਜਿਹੜੀਆਂ ਪਹਿਲ ਦੇ ਆਧਾਰ ਤੇ ਬਣਾਈਆਂ ਜਾਣ ਉਹ ਕਹਿੰਦੇ ਵੀ ਸ਼ਾਇਦ ਅਸੀਂ ਤੁਹਾਡੇ ਘਰ ਵੀ ਵਿਜ਼ਿਟ ਕਰਾਂਗੇ ਕਿਵੇਂ ਦੇਖਦੇ ਹੋ ਤੁਸੀਂ ਵੀ ਉਹਨਾਂ ਨਾਲ ਕੋਈ ਹੋਏਗਾ ਮਦਦ ਮਿਲੇਗੀ ਹਾਂਜੀ ਮਨੀਸ਼ਾ ਗੁਲਾਟੀ ਦੇ ਮੈਂ ਕਾਫੀ ਫੇਸਬੁੱਕ ਦੇ ਉੱਤੇ ਉਹਨਾਂ ਦੇ ਕਾਫੀ ਦੇਖਦੀ ਰਹਿੰਨੀ ਆ ਜਦੋਂ ਵੀ ਫ੍ਰੀ ਟਾਈਮ ਹੁੰਦਾ ਉਹਨਾਂ ਜਦੋਂ ਵੀ ਜਾਂਦੇ ਨੇ ਸਭ ਔਰਤਾਂ ਦੀਆਂ ਉਹ ਮਸਲੇ ਹੱਲ ਕਰ ਰਹੇ ਨੇ ਤੇ ਮੈਨੂੰ ਲੱਗਦਾ ਹੈ ਕਿ ਇਸ ਬੱਚੀ ਦੀ ਵੀ ਉਹ ਆਵਾਜ਼ ਸਰਕਾਰ ਤੱਕ ਪਹੁੰਚਾਣਗੇ ਵੈਸੇ ਤੇ ਆਵਾਜ਼ ਸਰਕਾਰ ਤੱਕ ਪਹੁੰਚੀ ਹੋਈ ਹੈ ਸਰਕਾਰ ਇਹਦੀ ਹਰ ਚੀਜ਼ ਤੋਂ ਨੌਲੇਜ ਹੈ ਸਰਕਾਰ ਨੂੰ ਕਿਹੜਾ ਮੰਤਰੀ ਹੈ ਜਿੰਦੇ ਕੋਲ ਅਸੀਂ ਨਹੀਂ ਗਏ ਹੈਗੇ ਮੀਡੀਆ ਵਾਲੇ ਇਵਨ ਦਨ ਮੀਡੀਆ ਵਾਲੇ ਤੱਕ ਜਾ ਕੇ ਉਹਨਾਂ ਨੂੰ ਇਸ ਬੱਚੀ ਦੀ ਗੁਹਾਰ ਲਗਾਉਂਦੇ ਆ ਕਿਉਂਕਿ ਮੀਡੀਆ ਇਹਦੇ ਨਾਲ ਹਰ ਟਾਈਮ ਤੇ ਜੁੜਿਆ ਹੋਇਆ ਹੈ ਤੁਸੀਂ ਵੀ ਹਰ ਟਾਈਮ ਤੇ ਜੁੜੇ ਹੋ ਜਦੋਂ ਵੀ ਮਲਿਕਾ ਜਿੱਤ ਕੇ ਆਂਦੀ ਹੈ ਸਭਨਾ ਪਹਿਲੇ ਮੀਡੀਆ ਆਂਦਾ ਹੈ ਸਰਕਾਰ ਕਾਰ ਵੱਲੋਂ ਹਲੇ ਤੱਕ ਕੋਈ ਨੁਮਾਇੰਦਾ ਨਹੀਂ ਆਇਆ ਸਿਰਫ ਇੱਕ ਮੈਡਮ ਹਰ ਸਿਮਰਤ ਕੋਰ ਬਾਦਲ ਆਏ ਸੀ ਸਾਡੇ ਘਰ ਔਰ ਜਿਹੜੇ ਮਲਿਕਾ ਨੂੰ ਆ ਕੇ ਸ਼ਬਾਸ਼ੀ ਦੇ ਕੇ ਗਏ ਨੇ ਠੀਕ ਹੈ ਜੋ ਵੀ ਤੁਹਾਡੀਆਂ ਪਾਲਸੀਆਂ ਜਾਂ ਕੈਸ਼ ਵਾਰਡ ਉਹ ਇੱਕ ਸਾਈਡ ਤੇ ਹੈ ਇੱਕ ਪਰ ਬੱਚੇ ਨੂੰ ਇੱਕ ਸ਼ਬਾਸ਼ੀ ਦੇਣੀ ਸਾਡੀਆਂ ਸਰਕਾਰ ਸਥਾਨੀਅਤ ਦੇ ਤੌਰ ਤੇ ਸਥਾਨੀਅਤ ਦੇ ਨਾਤੇ ਪਰ ਜੋ ਆਪਣੀ ਮੌਜੂਦਾ ਸਰਕਾਰ ਹੈ ਬੱਚੇ ਨੂੰ ਮੈਂ ਤੇ ਕਹਿ ਰਹੀਆਂ ਸ਼ਬਾਸ਼ੀ ਦੇਣ ਦੀ بجائے ਉਹਨੂੰ ਅੰਧੇਰੇ ਵੱਲ ਧਕੇਲ ਰਹੀ ਹੈ ਪਰ ਮੇਰੀ ਤੁਹਾਡੇ ਸਾਰੇ ਅੱਗੇ ਇੱਕ ਇੱਕ ਰਿਕੁਐਸਟ ਹੈ ਕਿ ਜੇ ਇਹਨਾਂ ਬੱਚਿਆਂ ਨੂੰ ਤੁਸੀਂ ਸਪੋਰਟ ਨਹੀਂ ਕਰ ਸਕਦੇ ਤੇ ਡੀਮੋਰਲਾਈਜ਼ ਵੀ ਨਾ ਕਰੋ ਇਹਨਾਂ ਬੱਚਿਆਂ ਨੂੰ ਇਹਨਾਂ ਬੱਚਿਆਂ ਨੇ ਆਪਣਾ ਫਿਊਚਰ ਆਪਣੇ ਰਸਤੇ ਤੇ ਖੁਦ ਕਾਢ ਹੀ ਲੈਣੇ ਨੇ ਕਿਉਂਕਿ ਸਰਕਾਰਾਂ ਨੇ ਨਾ ਅੱਗੇ ਸਾਥ ਦਿੱਤਾ ਹੈ ਤੇ ਅੱਗੋਂ ਵੀ ਮੈਨੂੰ ਕੁਝ ਨਜ਼ਰ ਨਹੀਂ ਆ ਰਿਹਾ ਹੈਗਾ ਪਰ ਇਹਨਾਂ ਬੱਚਿਆਂ ਨੂੰ ਡੀਮੋਟਿਵੇਟ ਨਾ ਕਰੋ ਨਾ ਕਰੋ ਕਿਉਂਕਿ ਇਹ ਬੱਚੇ ਤੇ ਕੈਪੇਬਲ ਹੈਗੇ ਨੇ ਸਰਕਾਰਾਂ ਦੀ ਸੇਬਲ ਹੈਗੀਆਂ ਨੇ ਸਰਕਾਰਾਂ ਗੁੰਗੀਆਂ ਬੋਲੀਆਂ ਨੇ ਇਹ ਬੱਚਾ ਤੇ ਆਪਣੀ ਗੇਮ ਉਹਦੀ ਬੋਲ ਰਹੀ ਹੈ ਉਹਦੇ ਬਿਹਾਫ ਤੋਂ ਦੀ ਮਾਂ ਵੀ ਬੋਲ ਰਹੀ ਹੈ ਔਰ ਤੁਹਾਡੇ ਨਾਲ ਮੈਂ ਫਾਈਟ ਵੀ ਕਰਾਂਗੀ ਹਰ ਜਗ੍ਹਾ ਦੇਤੇ ਮੈਂ ਫਾਈਟ ਕਰਾਂਗੀ ਕਿਉਂਕਿ ਮੇਰੀ ਬੱਚੀ ਬੋਲ ਨਹੀਂ ਸਕਦੀ ਉਹਨੇ ਆਪਣੇ ਆਪ ਨੂੰ ਪ੍ਰੂਵ ਕੀਤਾ ਪਰ ਸਰਕਾਰ ਦੇ ਨਾਲ ਮੁੰ ਲੜਾਈ ਮੇਰੀ ਹੋਏਗੀ ਮੇਰੇ ਬੱਚੇ ਦੇ ਲਈ ਸਰਕਾਰਾਂ ਬਹੁਤ ਕੁਝ ਕਹਿੰਦੀਆਂ ਨੇ ਬੇਟੀ ਬਚਾਓ ਬੇਟੀ ਪੜਾਓ ਬੇਟੀ ਬੜਾਓ ਕੀ ਕਹਿੰਦੇ ਹੋ ਕੀ ਕੋਰੇ ਦਾਵੇ ਐ ਅੱਜ ਵੀ ਮੈਂ ਸਵੇਰੇ ਅਨਾਉਂਸਮੈਂਟ ਸੁਣੀ ਐ ਕਿ ਅਨਾਉਂਸ ਕਰ ਰਹੇ ਨੇ ਜਿਹੜੀ 10ਵੀਂ ਪੜ੍ਹੀ ਐ ਉਹਨੂੰ 20000 ਜਾਂ ਜੋ ਵੀ ਐ ਪਲੱਸ 2 ਨੂੰ ਉਹ ਕਰ ਰਹੇ ਤਾਂ ਜਿਹੜੀ ਵਰਲਡ ਮੈਡਲ ਜਿੱਤ ਕੇ ਲਈ ਉਹਨਾਂ ਲਈ ਕੀ ਕਰ ਰਹੇ ਹੋ ਮੇਰਾ ਕੁਐਸਚਨ ਹੈ ਤੁਹਾਡੇ ਲਈ ਹਾਲੇ ਤੇ ਜਿਹੜੀਆਂ ਬੱਚੀਆਂ ਕੋਈ 5ਵੀਂ 10ਵੀਂ ਪਲੱਸ 2 ਕਰਨ ਗਈਆਂ ਉਹਨਾਂ ਬੱਚਿਆਂ ਨੂੰ ਤੇ ਹਾਲੇ ਕੁਝ ਸਮਝ ਹੀ ਨਹੀਂ ਹੈਗੀ ਕਿ ਉਹਨਾਂ ਨੇ ਅੱਗੋਂ ਕਰਨਾ ਕੀ ਹੈ ਉਹਨਾਂ ਬੱਚਿਆਂ ਨੇ ਜਿਹੜੀ ਇਸ ਟਾਈਮ ਤੇ ਗ੍ਰੈਜੂਏਸ਼ਨ ਕਰ ਚੁੱਕੀ ਹੈ ਬੱਚੀ ਵਰਲਡ ਮੈਡਲਿਸਟ ਹੈ 골ਡ ਮੈਡਲ ਉਹਨੇ ਲਏ ਹੋਏ ਨੇ 6 ਇੰਟਰਨੈਸ਼ਨਲ ਚੋਂ 7 ਮੈਡਲ ਲਏ ਹੋਏ ਨੇ ਨੈਸ਼ਨਲ ਚੋਂ ਤੁਸੀਂ ਕਿਸ ਤਰ੍ਹਾਂ ਉਹਨਾਂ ਬੱਚੀਆਂ ਨੂੰ ਇਨਸਪਾਇਰ ਕਰੋਗੇ ਮੈਨੂੰ ਇਹ ਦੱਸੋ ਮੈਂ ਤੁਹਾਡੇ ਕੋਲੋਂ ਅੱਜ ਕੁਐਸਚਨ ਪੁੱਟ ਕਰਦੀ ਪਈ ਤੁਸੀਂ ਠੀਕ ਹੈ ਵਾਅਦੇ ਕਰਤੇ ਬੱਚੀਆਂ ਨੂੰ ਆ ਕਰਾਂਗੇ ਉਹ ਕਰਾਂਗੇ ਇਹਨਾਂ ਦੇ ਅਕਾਊਂਟ 'ਚ ਪੈਸੇ ਭੋਹਣ ਜਾਣਗੇ ਤੇ ਮਲਿਕਾ ਦੇ ਅਕਾਊਂਟ 'ਚ ਕੀ ਭੇਜਿਆ ਜੇ ਮਲਿਕਾ ਵੀ ਗ੍ਰੈਜੂਏਸ਼ਨ ਕਰ ਚੁੱਕੀ ਐ ਇਹਦੀ ਹਾਇਰ ਸਟੱਡੀਜ਼ ਲਈ ਕੀ ਕਰ ਰਹੇ ਹੋ ਇਹਦੇ ਅੱਗੋਂ 올림픽ਸ ਆ ਰਿਹਾ 2023 ਦੇ ਵਿੱਚ ਕੀ ਹੈਲਪ ਕਰ ਰਹੇ ਹੋ ਉਸ ਬੱਚੇ ਦੀ ਗੇਮ ਨੂੰ ਅੱਗੇ ਵਧਾਉਣ ਲਈ ਉਲਟਾ ਤੁਸੀਂ ਡੀਮੋਰਲਾਈਜ਼ ਕਰ ਰਹੇ ਹੋ ਬੱਚੇ ਨੂੰ ਇਹ ਮੇਰਾ ਸਰਕਾਰ ਦੇ ਉੱਤੇ ਇਲਜ਼ਾਮ ਹੈ ਨਵਜੋਤ ਸਿੰਘ ਸਿੱਧੂ ਬੋਲੋ ਕਿਹਾ ਗਿਆ ਸੀ ਪੰਜਵੀਂ ਵਾਲੇ ਨੂੰ ਫਿਰ 12ਵੀਂ ਵਾਲੀ ਨੂੰ 20000 ਰੁਪਏ ਐਵੇਂ ਹਾਂਜੀ ਉਹੀ ਉਹਨਾਂ ਨੇ ਕਿਹਾ ਨਵਜੋਤ ਸਿੰਘ ਸਿੱਧੂ ਨੇ ਕਿਉਂਕਿ ਹਾਲੇ ਤੱਕ ਮੈਨੂੰ ਲੱਗਦਾ ਉਹਨਾਂ ਕੋਲ ਵੀ ਖਬਰ ਪਹੁੰਚ ਗਈ ਹੋਏਗੀ ਔਰ ਜ਼ਰੂਰ ਉਹ ਇੰਟਰਫੇਅਰ ਇਸ ਗੱਲ ਦੇ ਵਿੱਚ ਕਰਨਗੇ ਕਿਉਂਕਿ ਉਹ ਮੈਂ ਦੇਖਿਆ ਸਰਕਾਰ ਦੇ ਕਈ ਫੈਸਲਿਆਂ ਦੇ ਅਗੇਂਸਟ ਵੀ ਉਹ ਖੜੇ ਹੋਏ ਨੇ ਕਿਉਂਕਿ ਉਹ ਇਸ ਟਾਈਮ ਤੇ ਆਪਣੇ ਪੰਜਾਬ ਦੇ ਕਾਂਗਰਸ ਦੇ ਪ੍ਰਧਾਨ ਹੈਗੇ ਨੇ ਮੈਨੂੰ ਇੰਨੀ ਕੁ ਨੌਲੇਜ ਹੈਗੀ ਹੈ ਉਹ ਸਰਕਾਰ ਦੇ ਕਈ ਫੈਸਲਿਆਂ ਦੇ ਖਿਲਾਫ ਵੀ ਖੜੇ ਹੋਏ ਨੇ ਔਰ ਮੈਨੂੰ ਪੂਰੀ ਉਮੀਦ ਹੈਗੀ ਹੈ ਕਿ ਨਵਜੋਤ ਸਿੰਘ ਸਿੱਧੂ ਨੇ ਅੱਜ ਕੁੜੀਆਂ ਦੇ ਲਈ ਇਹ ਅਨਾਉਂਸਮੈਂਟ ਕੀਤੀ ਹੈ ਉਹਨਾਂ ਦੀ ਅਨਾਉਂਸਮੈਂਟ ਸਿਰ ਮੱਥੇ ਤੇ ਹੈ ਸਭ ਕੁਝ ਹੈ ਪਰ ਪਲੀਜ਼ ਨਵਜੋਤ ਸਿੰਘ ਸਿੱਧੂ ਜੀ ਆਪਣੇ ਹੋਰ ਮਨਿਸਟਰਾਂ ਨੂੰ ਵੀ ਥੋੜਾ ਜਿਹਾ ਸਮਝਾਓ ਠੀਕ ਤੁਸੀਂ ਆਪਣੀਆਂ ਜੋ ਵੀ ਅਨਾਉਂਸਮੈਂਟਾਂ ਕਰ ਰਹੇ ਹੋ ਤੇ ਇਸ ਬੱਚੀ ਦੀ ਅਨਾਉਂਸਮੈਂਟ ਕਿੱਧਰ ਜਾ ਰਹੀ ਹੈ ਇਸ ਬੱਚੀ ਲਈ ਆਪਣੀ ਸਰਕਾਰ ਕੀ ਕਰ ਰਹੀ ਹੈਗੀ ਇਹ ਇਹਨੂੰ ਕਿਉਂ ਹਨੇਰੇ ਵੱਲ ਠੇਕੇਲਿਆ ਜਾ ਰਿਹਾ ਹੈ ਉਹਦਾ ਇੱਕੋ ਇੱਕ ਕਸੂਰ ਹੈ ਕਿ ਉਹ ਬੋਲ ਸੁਣ ਨਹੀਂ ਸਕਦੀ ਹੈਗੀ ਮੈਂ ਇਹੀ ਸਰਕਾਰ ਨੂੰ ਬਾਰ ਬਾਰ ਪੁੱਛਣਾ ਚਾਹਨੀ ਆ। ਅੱਛਾ ਮਤਾਈ ਲਾਸਟ ਸਵਾਲ ਅਸੀਂ ਜਵਾਬ ਜਿਹੜਾ ਹੈ ਬੇਟੀ ਤੋਂ ਲਵਾਂਗੇ। ਤੁਸੀਂ ਜਿਹੜਾ ਭਾਸ਼ਾ ਦੇ ਵਿੱਚ ਸਾਡੇ ਦਰਸ਼ਕਾਂ ਨੂੰ ਸਮਝਾਣਾ। ਮੇਰਾ ਸਵਾਲ ਇਹ ਹੈ ਕਿ ਪ੍ਰਗਟ ਸਿੰਘ ਨੂੰ ਜਿਹੜੇ ਸਪੋਰਟਸ ਮਿਨਿਸਟਰ ਹੈਗੇ ਨੇ ਉਹਨਾਂ ਨੂੰ ਕੀ ਇਹ ਜਵਾਬ ਦੇਣਾ ਚਾਹੀਦੀ ਬੇਟੀ? ਹਾਂ। ਹਾਂ। ਅਲਿਕਾ ਇਹੀ ਕਹਿ ਰਹੀ ਹੈ ਕਿ ਮਨੂ ਪ੍ਰਗਟ ਸਿੰਘ ਸਰ ਨੇ ਜਦੋਂ ਵਾਅਦਾ ਕੀਤਾ ਸੀਗਾ ਕਿ ਤੈਨੂੰ ਕੈਸ਼ ਅਵਾਰਡ ਜਾਂ ਜੋਬ ਦੇ ਨਾਲ ਤੈਨੂੰ ਸਨਮਾਨਿਤ ਕੀਤਾ ਜਾਏਗਾ ਤੇ ਆਪਣੇ ਵਾਅਦੇ ਤੋਂ ਪਿੱਛੇ हट ਗਏ ਨੇ ਕਹਿੰਦੇ ਇਹ ਸਰਕਾਰਾਂ ਦਾ ਇਹੀ ਕੰਮ ਹੈ ਜਿਹੜਾ ਵੀ ਮਨਿਸਟਰ ਆਂਦਾ ਝੂਠੇ ਵਾਅਦੇ ਕਰਦਾ ਸਾਡੇ ਨਾਲ ਔਰ ਸਾਡੀਆਂ ਭਾਵਨਾਵਾਂ ਦੇ ਨਾਲ ਖਿਲਵਾੜ ਕਰਦਾ ਹੈਗਾ ਔਰ ਸਾਨੂੰ ਡੀਮੋਰਲਾਈਜ਼ ਕਰਦਾ ਹੈਗਾ ਕਿ ਸਾਨੂੰ ਜੋ ਵੀ ਹੈ ਕਿ ਮੈਨੂੰ ਮਜਬੂਰ ਕਰ ਦਿੱਤਾ ਇਸ ਟਾਈਮ ਤੇ ਪ੍ਰਗਟ ਸਿੰਘ ਸਰ ਨੇ ਉਹਨਾਂ ਦੀ ਜੋ ਵੀ ਉਹਨਾਂ ਦੀ ਐਟੀਟਿਊਡ ਨੇ ਜਾਂ ਉਹਨਾਂ ਦਾ ਜੋ ਵੀ ਮੇਰੇ ਲਈ ਰਵਈਆ ਹੋਇਆ ਹੈ ਕਿ ਮੈਂ ਆਪਣੀ ਗੇਮ ਨੂੰ ਛੱਡ ਦਿਆ ਕਿਵੇਂ ਲੱਗਦਾ ਮਲਿਕਾ ਨੂੰ ਜੇਕਰ ਸਰਕਾਰ ਨਹੀਂ ਅਜਿਹਾ ਸੋਚਦੀ ਤੇ ਫਿਰ ਅਗਲਾ ਕੀ ਹੋਏਗਾ ਸਟੈਪ ਅਗਲਾ ਸਟੈਪ ਇਹ ਹੀ ਹੈ ਕਿ ਮਲਿਕਾ ਗੇਮ ਛੱਡ ਦੇਗੀ ਔਰ ਬਿਲਕੁਲ ਮਲਿਕਾ ਹੁਣ ਇਸ ਟਾਈਮ ਦੇ ਉੱਤੇ ਗੁੱਸੇ ਦੇ ਵਿੱਚ ਵੀ ਹੈ ਔਰ ਬੜੀ ਡਿਪਰੈਸਡ ਫੀਲ ਕਰ ਰਹੀ ਹੈ ਔਰ ਤੁਸੀਂ ਸ਼ਾਇਦ ਚੈਨਲਾਂ ਦੇ ਉੱਤੇ ਵੀ ਦੇਖੋਗੇ ਕਿ ਮਲਿਕਾ ਬਾਰ-ਬਾਰ ਰੋ ਰਹੀ ਹੈ ਕੁਝ ਖਾ ਨਹੀਂ ਰਹੀ ਹੈਗੀ ਤੇ ਮੈਂ ਇਹੀ ਸਰਕਾਰ ਨੂੰ ਪੁੱਛਦੀ ਪਈ ਆ ਕਿ ਮੇਰਾ ਬੱਚਾ ਇੰਨਾ ਕੁਝ ਅਚੀਵਮੈਂਟ ਕਰਨ ਦੇ ਬਾਵਜੂਦ ਅੱਜ ਮੇਰਾ ਬੱਚਾ ਰੋ ਰਿਹਾ ਹੈ ਜੇ ਕੱਲ ਨੂੰ ਮੇਰੇ ਬੱਚੇ ਨੂੰ ਕੋਈ ਵੀ ਪ੍ਰੋਬਲਮ ਹੁੰਦੀ ਹੈ ਕਿ ਸਰਕਾਰ ਜ਼ਿੰਮੇਵਾਰ ਹੋਏਗੀ ਉਸ ਗੱਲ ਦੀ ਇਹ ਸਾਰਾ ਜੋ ਵੀ ਅੱਜ ਮੇਰੇ ਬੱਚੇ ਨੂੰ ਪਰੇਸ਼ਾਨੀ ਦੇ ਰਹੀ ਹੈ ਇਹ ਮੌਜੂਦਾ ਸਰਕਾਰ ਦੇ ਰਹੀ ਹੈ ਇਸ ਗੱਲ ਦਾ ਜਵਾਬ ਮੈਨੂੰ ਆਪਣੀ ਸਰਕਾਰ ਕੋਲੋਂ ਪੁੱਛਣਾ ਹੀ ਪਏਗਾ ਤੁਹਾਨੂੰ ਕਿੰਨੇ ਰਾਈਟ ਦਿੱਤਾ ਇਸ ਬੱਚੇ ਦੇ ਭਾਵਨਾਵਾਂ ਨਾਲ ਖੇਡਣ ਦਾ ਮੈਂ ਇੱਕ ਮਦਰ ਹੋ ਕੇ ਪੁੱਛ ਰਹੀ ਆਂ ਕੀ ਸਰਕਾਰ ਨੂੰ ਕੋਈ ਰਾਈਟ ਨਹੀਂ ਬੰਦਾ ਹੈਗਾ ਕਿ ਇੱਕ ਬੱਚੇ ਦੀ ਭਾਵਨਾਵਾਂ ਨਾਲ ਖੇਡੇ ਜੇ ਤੁਸੀਂ ਨਹੀਂ ਪਾਲਸੀ ਬਣਾਣੀ ਖਾਏ ਜੋ ਮਰਜ਼ੀ ਹੋਵੇ ਤੁਹਾਡੀਆਂ ਪਾਲਸੀਆਂ ਅਸਾਂ ਨੂੰ ਤੁਹਾਡੀਆਂ ਪਾਲਸੀਆਂ ਦੇ ਨਾਲ ਕੋਈ ਮਤਲਬ ਨਹੀਂ ਪਰ ਝੂਠੇ ਵਾਦੇ ਇਹ ਨਾ ਬੱਚਿਆਂ ਦੇ ਨਾਲ ਨਾ ਕਰੋ ਪਲੀਜ਼ ਨਾ ਕਰੋ ਜੇ ਨਹੀਂ ਕਰਨਾ ਤਾਂ ਨਾ ਕਰੋ ਠੀਕ ਹੈ ਤੁਹਾਨੂੰ ਅਸੀਂ ਵੋਟਾਂ ਦੇ ਕੇ ਚੁਣ ਲਿਆ ਹੋਇਆ ਹੈ ਇਹ ਸਾਡੀ ਗਲਤੀ ਹੈ ਕਿ ਜਿਹੜਾ ਤੁਹਾਨੂੰ ਵੋਟਾਂ ਦੇ ਕੇ ਅਸੀਂ ਚੁਣ ਲਿਆ ਹੋਇਆ ਹੈ ਇਹ ਸਾਨੂੰ ਆਪਣੀ ਗਲਤੀ ਦਾ ਖਮਿਆਜਾ ਭੁਗਤਣਾ ਪੈ ਰਿਹਾ ਹੈ ਔਰ ਭੁਗਤ ਵੀ ਰਹੇ ਆ ਬਿਲਕੁਲ ਸਵਾਲ ਜਿਹੜੇ ਆ ਉਹ ਹੋਰੇ ਨੇ ਖੜੇ ਬਣਦੇ ਵੀ ਕਿਉਂਕਿ ਜੇਕਰ ਵਿਧਾਇਕਾਂ ਦੇ ਵਿੱਚ ਤਨਖਾਹ ਦੇ ਮਸਲੇ ਨੂੰ ਲੈ ਕੇ ਜਾਂ ਕੋਈ ਹੋਰ ਉਹਨਾਂ ਦੇ ਹੋਰ ਅਲਾਉਂਸ ਜਿਹੜੇ ਹੁੰਦੇ ਨੇ ਉਹਨਾਂ ਨੂੰ ਲੈ ਕੇ ਜਾਂ ਫਿਰ ਆਪਣੇ ਹੀ ਲੀਡਰਾਂ ਦੇ ਕਿਸੇ ਨੂੰ ਨੌਕਰੀ ਦੇਣੀ ਹੋਵੇ ਤਾਂ ਪਾਲਿਸੀਆਂ ਜਿਹੜੀਆਂ ਉਹ ਰਾਤੋ ਰਾਤ ਬਦਲਦੀਆਂ ਨੇ ਹੁਣ ਸਵਾਲ ਇੱਥੇ ਖੜਾ ਹੁੰਦਾ ਹੈ ਕਿ ਅਜਿਹੇ ਬੱਚਿਆਂ ਦੇ ਲਈ ਸਰਕਾਰ ਕਿਉਂ ਨਹੀਂ ਪਾਲਿਸੀ ਤਿਆਰ ਇਹ ਜਿਹੀ ਕਰਦੀ ਜਦ ਕਿ ਪਤਾ ਹੈ ਕਿ ਇਹ ਬੱਚੀ ਪਿਛਲੇ ਤਕਰੀਬਨ 9-10 ਸਾਲ ਤੋਂ ਸੰਘਰਸ਼ ਕਰ ਰਹੀ ਹੈ ਔਰ ਪਿਛਲੇ 5 ਸਾਲਾਂ ਤੋਂ ਲਗਾਤਾਰ ਸਰਕਾਰ ਦੇ ਅੱਗੇ ਦਰਦ ਰਤ ਦੀ ਜਿਹੜੀ ਹੈ ਗੁਹਾਰ ਲਗਾ ਰਹੀ ਹੈ ਕਿ ਬੰਦਾ ਮਾਨ ਸਨਮਾਨ ਦਿੱਤਾ ਜਾਵੇ ਹਾਲਾਂਕਿ ਕੋਈ ਭੀਖ ਨਹੀਂ ਮੰਗ ਰਿਹਾ ਆਪਣਾ ਮਾਨ ਸਨਮਾਨ ਮੰਗ ਰਿਹਾ ਜੋ ਇਹਨਾਂ ਨੇ ਦੇਸ਼ ਦੇ ਲਈ ਕੀਤਾ ਹੈ ਕੈਮਰਾ ਪਰਸਨ ਮੋਨੂ ਦੇ ਨਾਲ ਰਾਹੁਲ ਕਾਲਾ ਜਗਬਣੀ ਟੀਵੀ ਜਲੰਧਰ ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਨਾਲ ਜੁੜੇ ਰਹਿਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਦੀ ਨਾਲ ਹਰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ ਜੇਕਰ ਤੁਸੀਂ ਇਹ ਵੀਡੀਓ Facebook ਤੇ ਦੇਖ ਰਹੇ ਹੋ ਤਾਂ ਇਸ ਨੂੰ ਲਾਈਕ ਜ਼ਰੂਰ ਕਰੋ ਔਰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਵੀ ਕਰੋ ਧੰਨਵਾਦ